ਗੁਰੂ ਪਿਆਰਿਓ, ਇਸ ਵੈਬਸਾਈਟ ਦੇ ਉੱਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਸੇਲ ਕੀਤੀਆਂ ਜਾ ਰਹੀਆਂ ਨੇ। ਮੈਂ ਆਪ ਸਾਰਿਆਂ ਦੇ ਵਿਚਾਰ ਜਾਣਨਾ ਚਾਹੁੰਦਾ ਕਿ ਇਹ ਬੇਅਦਬੀ ਨਹੀਂ ਹੈ ਕਿ ਇਹਨਾਂ ਸੈਂਚੀਆਂ ਨੂੰ ਕੋਈ ਵੀ ਬੰਦਾ ਕਿਤੋਂ ਵੀ ਬਾਏ ਕਰਕੇ ਬੇਅਦਬੀ ਨਹੀਂ ਕਰ ਸਕਦਾ? ਮੇਰਾ ਸਵਾਲ ਹੈ ਸਿੱਖ ਸੰਗਤਾਂ ਨੂੰ, ਸਿੱਖ ਜਥੇਬੰਦੀਆਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਇਸ ਤਰੀਕੇ ਦੇ ਨਾਲ ਕਿਸੇ ਵੀ ਵੈਬਸਾਈਟ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਸੇਲ ਕਰਨੀਆਂ ਅਲਾਓ ਹਨ? ਫਿਰ ਉਸ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖੋਗੇ, ਇਹਨਾਂ ਨੇ ਡਿਸਕਾਊਂਟ ਵੀ ਲਾਇਆ ਹੋਇਆ ਹੈ, 20% ਡਿਸਕਾਊਂਟ ਲਾਇਆ ਇਹਨਾਂ ਨੇ। ਕੀ ਇਹ ਕੋਈ ਪ੍ਰੋਡਕਟ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਸੈਂਚੀਆ ਕੀ ਕੋਈ ਪ੍ਰੋਡਕਟ ਹੈ ਜਿਹਨੂੰ ਕਿ ਇਸ ਤਰੀਕੇ ਨਾਲ ਔਨਲਾਈਨ ਸੇਲ ਕੀਤਾ ਜਾ ਰਿਹਾ, ਉੱਥੇ ਡਿਸਕਾਊਂਟ ਦਿੱਤਾ ਜਾ ਰਿਹਾ? ਕੀ ਇਹ ਬੇਅਦਬੀ ਨਹੀਂ ਹੈ? ਇਸ ਵੀਡੀਓ ਨੂੰ ਚੱਲਦੇ ਚੱਲਦੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੂੰ ਟੈਗ ਜ਼ਰੂਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਚੱਲ ਕੀ ਰਿਹਾ, ਕਿ ਇਹਨਾਂ ਨੂੰ ਸੈਂਚੀਆਂ ਸੇਲ ਕਰਨ ਦੀ ਪਰਮਿਸ਼ਨ ਦਿੱਤੀ ਕਿਹਨੇ ਹੈ। ਮੈਂ ਸੰਗਰੂਰ ਦੇ ਵਿੱਚ ਰਹਿੰਦਾ ਹਾਂ ਅਤੇ ਮੈਂ ਇਹਨਾਂ ਸੈਂਚੀਆਂ ਨੂੰ ਅਗਰ ਬਾਏ ਕਰਨਾ ਚਾਹੁੰਦਾ ਹਾਂ ਤਾਂ ਅੱਜ ਤਾਰੀਖ ਹੈ 21 ਅਗਸਤ 2024, ਦੁਪਹਿਰ ਦੇ 1 ਵਜੇ ਨੇ ਜਦ ਮੈਂ ਇਸ ਵੀਡੀਓ ਨੂੰ ਸ਼ੂਟ ਕਰ ਰਿਹਾ ਹਾਂ, ਅਤੇ ਜਦ ਮੈਂ ਇਹਨੂੰ ਔਡਰ ਕਰਾਂਗਾ, ਔਡਰ ਕਰਨ ਦੇ ਤਕਰੀਬਨ 8 ਦਿਨ ਬਾਅਦ ਇਹ ਸੈਂਚੀਆਂ ਮੇਰੇ ਕੋਲ ਆ ਜਾਣਗੀਆਂ। ਯਾਨੀ ਕਿ ਤਕਰੀਬਨ 8 ਤੋਂ ਲੈ ਕੇ 10 ਦਿਨ ਦੇ ਵਿੱਚ ਇਹ ਸੈਂਚੀਆਂ ਮੇਰੇ ਕੋਲ ਪਹੁੰਚ ਜਾਣਗੀਆਂ। 15,000 ਰੁਪਏ ਦੀਆਂ ਸੈਂਚੀਆਂ ਪੈਣਗੀਆਂ ਅਤੇ 10,000 ਦੇ ਕਰੀਬ ਮੈਨੂੰ ਡਿਲੀਵਰੀ ਚਾਰਜ ਦੇਣਾ ਪਊਗਾ। ਹੁਣ ਮੈਂ ਆਪ ਸਾਰਿਆਂ ਦੇ ਵਿਚਾਰ ਜਾਣਨਾ ਚਾਹਾਂਗਾ ਕਿ ਇਸ ਤਰੀਕੇ ਦੇ ਨਾਲ ਔਨਲਾਈਨ ਸੈਂਚੀਆਂ ਨੂੰ ਸੇਲ ਕਰਨਾ ਕਿੰਨਾ ਕੁ ਸਹੀ ਹੈ, ਕਿ ਮਰਿਆਦਾ ਦੇ ਤਹਿਤ ਇਸ ਸੈਂਚੀਆਂ ਨੂੰ ਸੇਲ ਕੀਤਾ ਜਾ ਰਿਹਾ ਹੋਵੇਗਾ। ਜਿਹੜਾ ਵਿਅਕਤੀ ਸੈਂਚੀਆਂ ਨੂੰ ਬਾਏ ਕਰੂਗਾ ਕਿ ਉਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਉਹ ਵਿਅਕਤੀ ਇਹ ਸੈਂਚੀਆਂ ਜਿਹੜੀ ਬਾਏ ਕਰ ਰਿਹਾ ਕਾਹਦੇ ਵਾਸਤੇ ਬਾਏ ਕਰ ਰਿਹਾ। ਕੁਝ ਵੀਰ ਭੈਣ ਕਹਿਣਗੇ ਕਿ ਹਾਂ ਸੈਂਚੀਆਂ ਨੂੰ ਔਨਲਾਈਨ ਸੇਲ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ, ਜੇ ਕੋਈ ਪੜ੍ਹਨਾ ਚਾਹੇ ਤਾਂ ਪੜ੍ਹ ਸਕੇ। ਪਰ ਮੇਰੇ ਹਿਸਾਬ ਨਾਲ ਇੱਦਾਂ ਕਿਸੇ ਵੀ ਵੈਬਸਾਈਟ 'ਤੇ ਸੇਲ ਕਰਨਾ ਗਲਤ ਹੈ। ਮੇਰੇ ਹਿਸਾਬ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਵੈਬਸਾਈਟ ਹੋਵੇ ਜਾਂ ਕੋਈ ਇਹੋ ਜਿਹੀ ਵੈਬਸਾਈਟ ਹੋਵੇ ਜਿਹਦੇ ਕੋਲ ਸਾਰਾ ਰਿਕਾਰਡ ਹੋਵੇ ਕਿ ਕਿਸ ਵਿਅਕਤੀ ਨੇ ਉਹਨੂੰ ਬਾਏ ਕੀਤਾ ਹੈ, ਕਿਸ ਮਰਿਆਦਾ ਦੇ ਤਹਿਤ ਜਿਹੜਾ ਹੈ ਉਹ ਸੈਂਚੇ ਨੂੰ ਲੈ ਕੇ ਗਿਆ ਹੈ। ਤਾਂ ਮੇਰੇ ਹਿਸਾਬ ਨਾਲ ਇਸ ਤਰੀਕੇ ਦੇ ਨਾਲ ਔਨਲਾਈਨ ਸੇਲ ਲਗਾ ਦੇਣਾ ਸੈਂਚੀਆਂ ਦੀ ਬਿਲਕੁਲ ਗਲਤ ਹੈ। ਬਾਕੀ ਆਪ ਜੀ ਇਹਦੇ ਕੀ ਵਿਚਾਰ ਹਨ, ਇਸ ਦੇ ਬਾਰੇ ਆਪ ਜੀ ਕਮੈਂਟ ਰਾਹੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਪਰ ਮੈਂ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਇਸ ਤਰੀਕੇ ਦੇ ਨਾਲ ਜੇ ਅਸੀਂ ਸੈਂਚੀਆਂ ਸੇਲ ਕਰਾਂਗੇ, ਕੱਲੀ ਇਹੀ ਨਹੀਂ, ਮੈਂ ਕਈ ਹੋਰ ਵੈਬਸਾਈਟਾਂ ਦੇਖੀਆਂ ਨੇ, ਐਮਾਜ਼ੋਨ ਦੇ ਉੱਤੇ ਵੀ ਤੁਸੀਂ ਦੇਖੋਗੇ ਗੁਟਕਾ ਸਾਹਿਬ ਸੇਲ ਕੀਤਾ ਜਾ ਰਿਹਾ। ਜੇ ਗੁਟਕਾ ਸਾਹਿਬ ਇੱਦਾਂ ਸੇਲ ਕੀਤਾ ਜਾ ਰਿਹਾ ਤਾਂ ਉਹਨੂੰ ਬਾਏ ਕਰਕੇ ਕੋਈ ਵੀ ਉਹਦੀ ਬੇਅਦਬੀ ਕਰ ਸਕਦਾ ਹੈ। ਤਾਂ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਰੋਕ ਲਾਉਣੀ ਚਾਹੀਦੀ ਹੈ, ਕੋਈ ਪਾਬੰਦੀ ਲਾਉਣੀ ਚਾਹੀਦੀ ਹੈ। ਪਤਾ ਹੋਣਾ ਚਾਹੀਦਾ ਕਿ ਉਹਨਾਂ ਤੱਕ ਐਮਾਜ਼ੋਨ ਤੱਕ ਗੁਟਕਾ ਸਾਹਿਬ ਪਹੁੰਚ ਕਿਵੇਂ ਗਿਆ, ਜਿਹੜੇ ਸੇਲਰ ਨੇ ਸੇਲ ਕਰ ਰਹੇ ਨੇ ਉਹਨਾਂ ਨੂੰ ਕਿਹਨੇ ਪਰਮਿਸ਼ਨ ਦਿੱਤੀ ਕਿ ਤੁਸੀਂ ਔਨਲਾਈਨ ਇਸ ਤਰੀਕੇ ਨਾਲ ਗੁਟਕਾ ਸਾਹਿਬ ਸੇਲ ਕਰੋ? ਇਹ ਬਹੁਤ ਵੱਡੇ ਸਵਾਲ ਨੇ, ਪਰ ਮੈਨੂੰ ਹੈਰਾਨੀ ਹੈ ਕਿ ਇਸ ਬਾਰੇ ਕੋਈ ਵੀ ਕੁਛ ਵੀ ਬੋਲ ਕੇ ਰਾਜ਼ੀ ਨਹੀਂ ਹੈ। ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪ ਜੀ ਨਾਲ ਇਹ ਜਾਣਕਾਰੀ ਸਾਂਝੀ ਕਰਾਂ। ਜੇ ਆਪ ਜੀ ਇਸ ਵੈਬਸਾਈਟ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਇਸ ਵੈਬਸਾਈਟ ਨੂੰ ਦੇਖਣਾ ਚਾਹੁੰਦੇ ਹੋ, ਤਾਂ ਮੈਂ ਇਹਦਾ ਲਿੰਕ ਆਪਣੀ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਆਪ ਜੀ ਕੌਮੀ ਸੋਚ ਮਲਟੀਮੀਡੀਆ ਯੂਟਿਊਬ ਚੈਨਲ ਤੇ ਜਾ ਕੇ ਇਸ ਵੀਡੀਓ ਨੂੰ ਓਪਨ ਕਰਕੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚੋਂ ਇਸ ਵੈਬਸਾਈਟ ਦੇ ਲਿੰਕ ਨੂੰ ਦੇਖ ਸਕਦੇ ਹੋ। ਤੇ ਆਪ ਜੀ ਇਸ ਵੈਬਸਾਈਟ ਤੇ ਡਾਇਰੈਕਟ ਜਾ ਕੇ ਵੀ ਅਗਰ ਸਰਚ ਕਰੋਗੇ ਗੁਰੂ ਗ੍ਰੰਥ ਸਾਹਿਬ, ਤਾਂ ਉੱਥੇ ਸਾਹਮਣੇ ਆਪ ਜੀ ਦੇ ਸਾਹਮਣੇ ਇਹ ਸਾਰਾ ਕੁਝ ਆ ਜਾਵੇਗਾ। ਇਹ ਕਿੰਨਾ ਕੁ ਸਹੀ ਹੈ, ਕਿੰਨਾ ਕੁ ਗਲਤ ਹੈ, ਆਪ ਜੀ ਕਮੈਂਟ ਰਾਹੀਂ ਆਪਣੇ ਵਿਚਾਰ ਸਾਂਝੇ ਜ਼ਰੂਰ ਕਰਨੇ। ਪੇਸ਼ਕਾਰੀ ਕਰਦੇ ਹਾਂ, ਜੇ ਮੇਰੇ ਤੋਂ ਕੋਈ ਗਲਤ ਕਹੀ ਗਈ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਚਾਹੁੰਦਾ ਹਾਂ। ਮੇਰੀ ਗਲਤੀ ਮੇਰੇ ਧਿਆਨ 'ਚ ਜ਼ਰੂਰ ਲਿਆਓ, ਮੈਂ ਸੁਧਾਰ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।